ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਆਲ ਟਾਈਮ ਲਰਨਰ ਉੱਪਰ। ਐਮ ਸੀ ਕਿਊ ਟੈਸਟ ਸੀਰੀਜ਼ ਦਾ ਅੱਜ 8ਵਾਂ ਟੈਸਟ ਹੈ। ਇਸ ਤੋਂ ਪਹਿਲਾਂ ਅਸੀਂ ਵੱਖ ਵੱਖ ਟੋਪਿਕ ਦੇ ਬਾਰੇ ਲੈਕਚਰ ਵੀਡੀਓ ਸਾਡੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ। ਉਮੀਦ ਹੈ ਕਿ ਤੁਸੀਂ ਦੇਖ ਲਏ ਹੋਣਗੇ। ਜੇਕਰ ਅਜੇ ਨਹੀਂ ਦੇਖੇ ਤਾਂ ਉਹਨਾਂ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ। ਅੱਜ ਦੀ ਇਸ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਣਾ ਅਤੇ ਆਖਿਰ 'ਤੇ ਤੁਹਾਡੇ ਜਿੰਨੇ ਮਾਰਕਸ ਬਣੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੈਸਟ। ਸਭ ਤੋਂ ਪਹਿਲਾਂ ਕੁਐਸਚਨ ਹੈ ਸਾਡੇ ਕੋਲੇ, ਭਾਈ ਗੁਰਦਾਸ ਨੇ ਕਿਹੜੇ ਕਾਵਿ ਰੂਪਾਂ ਦੇ ਵਿੱਚ ਰਚਨਾ ਕੀਤੀ ਹੈ? ਸਾਡੇ ਕੋਲੇ ਆਪਸ਼ਨ ਹੈ ਜੀ ਬਾਰ, ਸਲੋਕ ਅਤੇ ਕਵਿਤ। ਦੂਸਰਾ ਆਪਸ਼ਨ ਹੈ ਜੀ ਬਾਰ ਅਸ਼ਟਪਦੀ ਅਤੇ ਸਵਈਏ, ਬਾਰ ਕਵਿਤ ਅਤੇ ਸਵਈਏ, ਬਾਰ ਸ਼ਬਦ ਅਤੇ ਛੰਦ। ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ, ਬਾਰ ਕਵਿਤ ਅਤੇ ਸਵਈਏ ਦੇ ਵਿੱਚ ਭਾਈ ਗੁਰਦਾਸ ਜੀ ਨੇ ਰਚਨਾ ਰਚੀ। ਉਹਨਾਂ ਦੀਆਂ 12 ਮਿਲਦੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਗਾ, ਅਤੇ 600 ਦੇ ਕਰੀਬ ਕਵਿਤ ਦੇ ਸਵਈਏ ਉਹਨਾਂ ਦੇ ਲਿਖੇ ਹੋਏ ਪ੍ਰਾਪਤ ਹੁੰਦੇ ਨੇ। ਦੂਜਾ ਸਾਡੇ ਕੋਲ ਪ੍ਰਸ਼ਨ ਹੈ ਜੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ, ਜਿਹੜੀ ਪੰਕਤੀ ਹੈਗੀ ਕਿਸ ਵਿੱਚੋਂ ਲਈ ਗਈ ਆ? ਆਪਸ਼ਨ ਹੈ ਜੀ ਜਪਜੀ ਸਾਹਿਬ ਦੇ ਵਿੱਚੋਂ, ਆਸਾ ਦੀ ਵਾਰ ਦੇ ਵਿੱਚੋਂ, ਸਿੱਧ ਗੋਸ਼ਟ ਦੇ ਵਿੱਚੋਂ, ਆਰਤੀ ਦੇ ਸ਼ਬਦ ਦੇ ਵਿੱਚੋਂ। ਪਹਿਲਾਂ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀਆਂ ਸਾਰੀਆਂ ਰਚਨਾਵਾਂ ਨੇ ਇਹ ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟ ਅਤੇ ਆਰਤੀ ਦਾ ਸ਼ਬਦ ਆ ਜਿਹੜਾ ਗਗਨ ਮਥਾਰ ਅਵਚਾਂਦੀ ਕੁਣੇ, ਇਹ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ ਨੇ। ਅਤੇ ਜਿਹੜਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ ਪੰਕਤੀ ਹੈ ਜਿਹੜੀ ਸੀ ਆਪਸ਼ਨ, ਸਿੱਧ ਗੋਸ਼ਟ ਦੇ ਵਿੱਚੋਂ ਲਈ ਗਈ ਹੈ। ਇਹਦਾ ਸਹੀ ਉੱਤਰ ਹੈ ਜੀ ਸਿੱਧ ਗੋਸ਼ਟ ਦੇ ਵਿੱਚੋਂ। ਤੀਜਾ ਸਾਡੇ ਕੋਲ ਕੁਐਸਚਨ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਲੋਕ ਸੇਖ ਫਰੀਦ ਕੇ ਵਿੱਚ ਲਿਖ ਗੁਰੂ ਸਾਹਿਬਾਨ ਦੇ ਸਲੋਕ ਦਰਜ ਹਨ, ਕਿੰਨੇ ਸਲੋਕ ਦਰਜ ਨੇ ਗੁਰੂ ਸਾਹਿਬਾਨ ਦੇ? ਪਹਿਲਾ ਆਪਸ਼ਨ ਹੈ ਜੀ 18, ਦੂਸਰਾ ਜੀ 112, ਤੀਸਰਾ ਆਪਸ਼ਨ ਹੈ ਜੀ 118, ਚੌਥਾ ਆਪਸ਼ਨ ਹੈ ਜੀ 130। ਜੇਕਰ ਅਸੀਂ ਦੇਖੀਏ ਸਲੋਕ ਸੇਖ ਫਰੀਦ ਕੇ ਟੋਟਲ ਗਿਣਤੀ 130 ਹੈਗੀ, ਅਤੇ ਜਿਹੜੇ ਗੁਰੂ ਸਾਹਿਬਾਨ ਦੇ ਸਲੋਕ ਦਰਜ ਨੇ ਉਹ ਨੇ 18। ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ 18। ਚੌਥਾ ਸਾਡੇ ਕੋਲ ਕੁਐਸਚਨ ਹੈ ਜੀ, ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਉਸਾਰਿਆ ਸੀਗਾ ਜਾਂ ਵਸਾਇਆ ਸੀ? ਇਹਦਾ ਆਪਸ਼ਨ ਹੈ ਜੀ ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਅੰਮ੍ਰਿਤਸਰ ਸਾਹਿਬ, ਖੰਡੂਰ ਸਾਹਿਬ। ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਜੀ ਨੇ ਵਸਾਇਆ ਸੀ। ਪੰਜਵਾਂ ਸਾਡੇ ਕੋਲ ਕੁਐਸਚਨ ਹੈ ਜੀ, ਪ੍ਰਬੰਧ ਕਾਵਿ ਦੇ ਲੱਛਣਾਂ ਅਤੇ ਸੰਪਾਦਕੀ ਸ਼ੈਲੀ ਵਾਲੀਆਂ ਰਚਨਾਵਾਂ ਹਨ, ਆਸਾ ਦੀ ਵਾਰ ਅਤੇ ਰਾਮਕਲੀ ਦੀ ਵਾਰ, ਸੁਖਮਣੀ ਅਤੇ ਸਿੱਧ ਗੋਸ਼ਟ, ਜਪਜੀ ਅਤੇ ਦੱਖਣੀ ਓਂਕਾਰ, ਆਨੰਦ ਸਾਹਿਬ ਅਤੇ ਪੱਟੀ। ਇਹਦੇ ਵਿੱਚੋਂ ਸਹੀ ਉੱਤਰ ਹੈ ਜੀ ਸੁਖਮਣੀ ਸਾਹਿਬ ਅਤੇ ਸਿੱਧ ਗੋਸ਼ਟ ਨੇ ਜਿਹੜੀਆਂ ਰਚਨਾਵਾਂ ਨੇ, ਇਹਨਾਂ ਦੇ ਵਿੱਚ ਪ੍ਰਬੰਧ ਕਾਵਿ ਅਤੇ ਸੰਪਾਦਕੀ ਸ਼ੈਲੀ ਦੇ ਲੱਛਣ ਮਿਲਦੇ ਨੇ। ਸੁਖਮਣੀ ਸਾਹਿਬ ਦੇ ਵਿੱਚ ਅਸ਼ਟਪਦੀਆਂ ਦਰਜ ਨੇ, ਅਸ਼ਟਪਦੀਆਂ ਤੋਂ ਪਹਿਲਾਂ ਵੱਖ ਵੱਖ ਗੁਰੂ ਸਾਹਿਬਾਨ ਦੇ ਸਲੋਕਾਂ ਨੂੰ ਦਰਜ ਕੀਤਾ ਗਿਆ, ਜਿਹੜਾ ਕਿ ਸੰਪਾਦਕੀ ਸ਼ੈਲੀ ਦੀਆਂ ਉਦਾਹਰਨਾਂ ਨੇ। ਇਸ ਦੇ ਨਾਲ ਹੀ ਇੱਕ ਪ੍ਰਬੰਧ ਕਾਵਿ ਵੀ ਸਾਡੇ ਸਾਹਮਣੇ ਨਜ਼ਰ ਆਉਂਦਾ, ਸਿੱਧ ਗੋਸ਼ਟ ਦੇ ਸੁਖਮਣੀ ਕਾਵਿ, ਸੁਖਮਣੀ ਸਾਹਿਬ। ਛੇਵਾਂ ਸਾਡੇ ਕੋਲ ਕੁਐਸਚਨ ਹੈ ਜੀ, ਹੱਥ ਨਾਲ ਲਾਏ ਕਸੁੰਬੜੇ ਜਲ ਜਾਸੀ ਢੋਲਾ ਸ਼ਬਦ ਦਾ ਕਰਤਾ ਹੈ? ਆਪਸ਼ਨ ਹੈ ਜੀ ਭਗਤ ਕਬੀਰ ਜੀ, ਸੇਖ ਫਰੀਦ ਜੀ, ਗੁਰੂ ਨਾਨਕ ਜੀ, ਗੁਰੂ ਅੰਗਦ ਜੀ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ, ਸੇਖ ਫਰੀਦ ਜੀ। ਇਹ ਸੇਖ ਫਰੀਦ ਜੀ ਸ਼ਬਦ ਦੀਆਂ 17 ਨੇ। ਸੱਤਵਾਂ ਸਾਡੇ ਕੋਲ ਕੁਐਸਚਨ ਹੈ ਜੀ ਅੱਗੇ, ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ ਪੰਕਤੀਆਂ ਦਾ ਲੇਖਕ ਹੈ? ਪਹਿਲਾ ਆਪਸ਼ਨ ਫਰੀਦ ਜੀ, ਦੂਸਰਾ ਕਬੀਰ ਜੀ, ਤੀਸਰਾ ਰਵਿਦਾਸ ਜੀ, ਚੌਥਾ ਗੁਰੂ ਨਾਨਕ ਜੀ। ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਫਰੀਦ ਜੀ। ਪਹਿਲਾਂ ਵਾਲੀਆਂ ਪੰਕਤੀਆਂ ਹੱਥ ਨਾਲ ਲਾਏ ਕਸੁੰਬੜੇ ਜਲ ਜਾਸੀ ਢੋਲਾ ਅਤੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਜਿਹੜੀਆਂ ਨੇ ਇਹ ਪੰਕਤੀਆਂ ਨੇ ਇਹ ਫਰੀਦ ਜੀ ਦੀਆਂ ਲਿਖੀਆਂ ਦੋਨੇ ਪੰਕਤੀਆਂ, ਅਤੇ ਇੱਕੋ ਸ਼ਬਦ ਦੀਆਂ ਇਹ ਪੰਕਤੀਆਂ ਨੇ। ਇਹਦੀ ਸਹੀ ਉੱਤਰ ਕੀ ਹੈ ਏ ਆਪਸ਼ਨ ਫਰੀਦ ਜੀ। ਅੱਠਵਾਂ ਸਾਡੇ ਕੋਲ ਕੁਐਸਚਨ ਹੈ ਜੀ, ਬਿਰਹੋ ਮੂਲ ਆਰਾਮ ਨਾ ਦਿੰਦਾ ਬਾਮ ਚਿਖਾਨੇ ਤਜਾਲੇ, ਇਹ 17 ਕਿਸ ਦੀਆਂ ਨੇ? ਪਹਿਲਾ ਆਪਸ਼ਨ ਹੈ ਜੀ ਬੁੱਲੇ ਸ਼ਾਹ ਦੀਆਂ, ਦੂਸਰਾ ਸ਼ਾਹ ਹੁਸੈਨ ਦੀਆਂ, ਤੀਸਰਾ ਹਾਸਮ ਸ਼ਾਹ ਦੀਆਂ, ਚੌਥਾ ਫਰੀਦ ਜੀ ਦੀਆਂ। ਇਸਦਾ ਸਹੀ ਉੱਤਰ ਹੈ ਜੀ ਆਪਸ਼ਨ ਸੀ
ਹਾਸਮ ਸ਼ਾਹ ਦੀਆਂ। ਇਹ ਹਾਸਮ ਦੀ ਸੱਸੀ ਦੇ ਵਿੱਚੋਂ ਲਈਆਂ ਗਈਆਂ ਨੇ। ਬਿਰਹੋ ਮੂਲ ਆਰਾਮ ਨਾ ਦਿੰਦਾ ਵਾਂਗ ਚੇਖਾ ਨਿਤ ਜਾਲੇ। ਹਾਸਮ ਦੀ ਸੱਸੀ ਦੇ ਵਿੱਚ ਬਿਰਹਾ ਦੀ ਝਲਕ ਪੈਂਦੀ ਹੈ ਅਤੇ ਉਹਨਾਂ ਸਤਰਾਂ ਇਹ ਸਤਰਾਂ ਉਸੇ ਨੂੰ ਦਰਸਾਉਂਦੀਆਂ ਨੇ। ਸੱਚੋ ਉਰੇ ਸਭ ਉਕੋ ਉੱਪਰ ਸੱਚ ਆਚਾਰ, ਇਹ ਪੰਕਤੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ, ਗੁਰੂ ਨਾਨਕ ਦੇਵ ਜੀ ਦੀਆਂ, ਗੁਰੂ ਗੋਬਿੰਦ ਸਿੰਘ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ, ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਪੰਕਤੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ ਨੇ। ਦਸਵਾਂ ਸਾਡੇ ਕੋਲ ਕੁਐਸਚਨ ਹੈ ਜੀ, ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੈ? ਆਪਸ਼ਨ ਹੈ ਜੀ 31, ਦੂਸਰਾ 17, ਤੀਸਰਾ 19, ਚੌਥਾ 20। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਰਚੀ ਹੈਗੀ ਉਹ 19 ਰਾਗਾਂ ਦੇ ਵਿੱਚ ਲਿਖੀ ਹੈ। ਇਸਦੀ ਸਹੀ ਉੱਤਰ ਕੀ ਹੈ? ਇਹਦਾ ਸੀ ਆਪਸ਼ਨ 19। 11ਵਾਂ ਸਾਡੇ ਕੋਲ ਕੁਐਸਚਨ ਹੈ ਜੀ, ਗੁਰੂ ਨਾਨਕ ਦੇਵ ਜੀ ਦੀ ਰਚਨਾ ਕੀਤੀ 12 ਮਹਾਮਾਝ ਦੀ, 62 ਸਲੋਕਾਂ ਦੀ, ਟੁੰਡੇ ਸਰਾਜੇ ਦੀ ਵਾਰ ਦੀ, ਇਹਨਾਂ ਦੇ ਵਿੱਚੋਂ ਕੋਈ ਨਹੀਂ। ਜੇਕਰ ਅਸੀਂ ਦੇਖੀਏ 12 ਮਹਾਮਾਝ ਆ ਗੁਰੂ ਅਰਜਨ ਦੇਵ ਜੀ ਦੀ ਰਚਨਾ, ਅਤੇ ਜਿਹੜਾ 12 ਮਹਾ ਤੁਖਾਰੀ ਦੇ ਵਿੱਚ ਮਿਲਦਾ ਗਾ ਉਹ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਹੋਇਆ ਹੈਗਾ 12 ਮਹਾ ਤੁਖਾਰੀ। ਇਸ ਲਈ ਇਹ ਵੀ ਨਹੀਂ ਹੋ ਸਕਦਾ। ਅਤੇ 62 ਸਲੋਕ ਗੁਰੂ ਅੰਗਦ ਦੇਵ ਜੀ ਦੇ ਲਿਖੇ ਹੋਏ ਨੇ, ਟੁੰਡੇ ਸਰਾਜੇ ਦੀ ਵਾਰ ਪੁਰਾਤਨ ਵਾਰ ਆ ਗਈ, ਅਤੇ ਇਸ ਲਈ ਸਹੀ ਉੱਤਰ ਕੀ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ। ਹਾਸਮ ਨੇ ਹੇਠ ਲਿਖਿਆ ਵਿੱਚੋਂ ਕਿਹੜਾ ਕਿੱਸਾ ਨਹੀਂ ਲਿਖਿਆ ਗਾ? ਆਪਸ਼ਨ ਈ ਸੀਰੀ ਫਰਿਆਦ, ਹੀਰ, ਸੋਹਣੀ ਮਹੀਵਾਲ ਅਤੇ ਯੂਸਫ ਜਲੇਖਾ। ਇਸ ਲਈ ਇਹਦਾ ਸੀਰੀ ਫਰਿਆਦ, ਹੀਰ ਅਤੇ ਸੋਹਣੀ ਮਹੀਵਾਲ ਹਾਸਮ ਦੀਆਂ ਰਚਨਾਵਾਂ ਨੇ, ਅਤੇ ਯੂਸਫ ਜਲੇਖਾ ਹੈ ਨਹੀਂ ਗਾ। ਇਸ ਲਈ ਇਹਦਾ ਸਹੀ ਉੱਤਰ ਕੀ ਹੈਗਾ? ਡੀ ਆਪਸ਼ਨ, ਯੂਸਫ ਜਲੇਖਾ ਹਾਸਮ ਸ਼ਾਹ ਦਾ ਲਿਖਿਆ ਹੋਇਆ ਨਹੀਂ ਮਿਲਦਾ ਗਾ। ਅੱਗੇ ਹੈ ਜੀ ਨਜਾਬਤ ਰਚਿਤ ਨਾਦਰ ਸ਼ਾਹ ਦੀ ਵਾਰ ਦਾ ਪਹਿਲਾ ਪਾਠ ਪੰਡਿਤ ਹਰੀਕ੍ਰਿਸ਼ਨ ਕੌਰ ਨੇ ਭੱਟਾ ਤੋਂ ਸੁਣ ਕੇ ਲਿਖਤ ਰੂਪ ਵਿੱਚ ਪੇਸ਼ ਕੀਤਾ ਸੀ। ਪੰਡਿਤ ਹਰੀਕ੍ਰਿਸ਼ਨ ਕੌਰ ਨੇ ਪਾਠ ਪ੍ਰਾਪਤ ਪੁਰਾਣੇ ਖਾਡੇ ਤੋਂ ਤਿਆਰ ਕੀਤਾ ਸੀ। ਇਸ ਵਾਰ ਦਾ ਪ੍ਰਮਾਣਿਤ ਪਾਠ ਨਜਾਬਤ ਨੇ ਸੰਕਲਿਤ ਕੀਤਾ ਸੀ ਅਤੇ ਜਾਂ ਪ੍ਰਮਾਣਿਤ ਪਾਠ ਸਾਹਿਬ ਸਾਹਿਬ ਚਿਰਾਗ ਨੇ ਪੇਸ਼ ਕੀਤਾ ਸੀ। ਇਸ ਦੇ ਬਾਰੇ ਅਸੀਂ ਵਿਸਤਾਰ ਦੇ ਵਿੱਚ ਨਜਾਬਤ ਵਾਲੀ ਵੀਡੀਓ ਦੇ ਵਿੱਚ ਪੜ੍ਹ ਕੇ ਆਏ ਹਾਂਗੇ। ਜੇਕਰ ਤੁਸੀਂ ਅਜੇ ਉਹ ਵੀਡੀਓ ਨਹੀਂ ਦੇਖੀ, ਉਸਦਾ ਮੈਂ ਲਿੰਕ ਉੱਪਰ ਆਈ ਬਟਨ ਦੇ ਵਿੱਚ ਦੇ ਦੇਵਾਂਗਾ, ਉੱਥੋਂ ਤੁਸੀਂ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ। ਇਸਦਾ ਸਹੀ ਉੱਤਰ ਹੈ ਜੀ ਪੰਡਿਤ ਹਰੀਕ੍ਰਿਸ਼ਨ ਕੌਰ ਨੇ ਭੱਟਾ ਤੋਂ ਸੁਣ ਕੇ ਲਿਖਤ ਰੂਪ ਵਿੱਚ ਪੇਸ਼ ਕੀਤਾ ਸੀ। ਉਸ ਤੋਂ ਪਹਿਲਾਂ ਜਿਹੜੀ ਰਚਨਾ ਸੀਗੀ ਸਾਨੂੰ ਮੌਖਿਕ ਰੂਪ ਦੇ ਵਿੱਚ ਮਿਲਦੀ ਸੀਗੀ। 14ਵਾਂ ਸਾਡੇ ਕੋਲ ਕੁਐਸਚਨ ਹੈ, ਸੂਫੀ ਕਾਵਿ ਦਾ ਮੁੱਖ ਸਰੋਕਾਰ ਹੈ? ਆਪਸ਼ਨ ਏ ਸ਼ਰਾਹ ਦੀ ਪਾਬੰਦੀ, ਸ਼ਰਾਹ ਦੀ ਕੱਟੜਤਾ ਦਾ ਵਿਰੋਧ, ਸ਼ਰਾਹ ਤੋਂ ਮੁਕਤੀ, ਸ਼ਰਾਹ ਤੋਂ ਉਦਾਸਹੀਨਤਾ। ਇਹਦਾ ਸਹੀ ਉੱਤਰ ਹੈ ਜੀ ਸ਼ਰਾਹ ਦੀ ਕੱਟੜਤਾ ਦਾ ਵਿਰੋਧ। ਜਿਹੜਾ ਜ਼ਿਆਦਾਤਰ ਸੂਫੀ ਨੇ ਉਹ ਸ਼ਰਾਹ ਦੀ ਕੱਟੜਤਾ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ। ਜਿਵੇਂ ਬਾਬਾ ਫਰੀਦ ਜੀ ਨੇ ਉਹ ਸ਼ਰਾਹ ਦੀਆਂ ਪਾਬੰਦੀਆਂ ਨੂੰ ਮੰਨਦੇ ਨੇ, ਉਹਨੂੰ ਸ਼ਰਾਹ ਦਾ ਕਵੀ ਵੀ ਕਿਹਾ ਜਾਂਦਾ, ਪਰ ਜਿਹੜੇ ਬਾਅਦ 'ਚ ਆਉਣ ਵਾਲੇ ਸੂਫੀ ਨੇ ਉਹ ਸ਼ਰਾਹ ਦੀ ਕੱਟੜਤਾ ਦਾ ਵਿਰੋਧ ਕਰਦੇ ਨੇ। ਸੂਫੀ ਕਾਵਿ ਦਾ ਮੁੱਖ ਸਰੋਕਾਰ ਸ਼ਰਾਹ ਦੀ ਕੱਟੜਤਾ ਦਾ ਵਿਰੋਧ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ। ਜਿਉਂ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਜਿਹੜੀਆਂ ਪੰਕਤੀਆਂ ਨੇ ਕਿਸਦੀ ਰਚਨਾ ਨੇ? ਗੁਰੂ ਗੋਬਿੰਦ ਸਿੰਘ ਜੀ ਦੀਆਂ, ਗੁਰੂ ਤੇਗ ਬਹਾਦਰ ਜੀ ਦੀਆਂ, ਭਗਤ ਕਬੀਰ ਜੀ ਦੀਆਂ, ਗੁਰੂ ਨਾਨਕ ਦੇਵ ਜੀ ਦੀਆਂ। ਇਹਦਾ ਸਹੀ ਉੱਤਰ ਹੈ ਜੀ ਗੁਰੂ ਨਾਨਕ ਦੇਵ ਜੀ। ਇਹ ਜਿਹੜੀਆਂ ਪੰਕਤੀਆਂ ਨੇ, ਜਿਉਂ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਜਿਹੜੀਆਂ ਪੰਕਤੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਨੇ। ਅੱਗੇ ਜੀ ਆਦਿ ਗ੍ਰੰਥ ਵਿੱਚ ਕਿਸ ਗੁਰੂ ਦੀ ਬਾਣੀ ਸਭ ਤੋਂ ਵੱਧ ਰਾਗਾਂ ਦੇ ਵਿੱਚ ਹੈ? ਆਪਸ਼ਨ ਹੈ ਜੀ ਗੁਰੂ ਨਾਨਕ ਦੇਵ ਜੀ, ਦੂਸਰਾ ਗੁਰੂ ਅਮਰਦਾਸ ਜੀ, ਤੀਸਰਾ ਗੁਰੂ ਅਰਜਨ ਦੇਵ ਜੀ, ਚੌਥਾ ਜੀ ਗੁਰੂ ਰਾਮਦਾਸ ਜੀ। ਇਹਦਾ ਸਹੀ ਉੱਤਰ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜਿਹੜੀ ਸਭ ਤੋਂ ਵੱਧ ਰਾਗਾਂ ਦੇ ਵਿੱਚ ਹੈ। ਅਤੇ ਤੁਸੀਂ ਦੱਸਣਾ ਜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਹੈ? ਰਾਗਾਂ ਦੀ ਗਿਣਤੀ ਦੱਸਣੀ ਹੈ ਮੈਨੂੰ ਕਮੈਂਟ ਕਰਕੇ ਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਹੈ। ਅੱਗੇ ਨਜਾਬਤ ਰਚਿਤ ਵਾਰ ਹੈ ਨਾਦਰ ਸ਼ਾਹ ਦੀ ਵਾਰ, ਮੂਸੇ ਦੀ ਵਾਰ, ਪੀਰਾਂ ਦੀ ਵਾਰ, ਚੱਠਿਆਂ ਦੀ ਵਾਰ। ਇਹਦਾ ਸਹੀ ਉੱਤਰ ਹੈ ਜੀ ਬਹੁਤ ਆਸਾਨ ਨਾਦਰ ਸ਼ਾਹ ਦੀ ਵਾਰ। ਅੱਗੇ ਜੀ ਜਿੰਨਾ ਕੋਹ ਕੇ ਮਾਰਿਆ ਵੀਰ ਮੇਰਾ, ਮੈਂ ਤਾਂ ਕਹਾਂਗੀ ਉਹਨਾਂ ਦੀਆਂ ਜੁੱਤੀਆਂ ਜੀ। ਇਹ ਜਿਹੜੀਆਂ ਪੰਕਤੀਆਂ ਨੇ ਇਹ ਸ਼ਾਹ ਮੁਹੰਮਦ ਰਚਿਤ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਵਿੱਚੋਂ ਲਈਆਂ ਗਈਆਂ ਨੇ। ਅਤੇ ਇਹਦਾ ਰਸ ਦੱਸਣਾ ਜੀ, ਪਹਿਲਾ ਆਪਸ਼ਨ ਜੀ ਅਦਭੁਤ ਰਸ, ਦੂਸਰਾ ਰੌਦਰ ਰਸ, ਤੀਸਰਾ ਕਰੁਣਾ ਰਸ, ਚੌਥਾ ਵਿਭੀਤ ਰਸ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ, ਰੌਦਰ ਰਸ ਦੀਆਂ ਇਹ ਉਦਾਹਰਣ ਨੇ।
अगे जी आदि ग्रंथ विचलियां घोड़ियां का करता है गुरु नानक देव जी, गुरु अमरदास जी, गुरु गुर भाई गुरदास जी, गुरु रामदास जी। इसका सही उत्तर है जी कि आदि ग्रंथ साहब में घोड़ियां मिलदियां ने, पुरातन काव्य रूप वरत्या गया वो गुरु रामदास जी ने वरत्या गया। इसका सही उत्तर है डी ऑप्शन, गुरु रामदास जी। अगे है जी गुरु अमरदास जी की पट्टी दियां किन्नियां पौड़ियां हन। पहला ऑप्शन है जी 29, दूसरा ऑप्शन है जी 30, तीसरा ऑप्शन है जी 10, चौथा ऑप्शन है जी डी। गुरु अमरदास जी की जी पट्टी लिखी हुई मिलती हैगी वो किन्नियां पौड़ियां ने, एक पट्टी गुरु नानक देव जी की मिलती है, एक अमरदास जी की। इसका सही ऑप्शन है जी उत्तर है जी डी ऑप्शन 18, 18 जिहड़ियां पौड़ियां ने गुरु अमरदास जी की लिखी हुई पट्टी दियां। सो यह जी अज का टैसट, अज के टैसट तो तुहाडे किन्ने मार्क्स ने कमेंट करके जरूर दस्यो, ते नाल ही जेकर जानकारी चंगी लगी है तो लाइक ते वध तों वध शेयर भी करो जी। मिलते हैं जी अगली वीडियो के, शुक्रिया जी।